ਤਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਏ ਦਾ ਜਿਹੜਾ ਪੇਪਰ ਲੈ ਕੇ ਆ ਚੁੱਕੇ ਹਾਂ, ਪੂਰਾ ਸੋਲਿਊਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਸੀਂ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ 'ਤੇ ਪ੍ਰੈਸ ਜ਼ਰੂਰ ਕਰ ਲੈਣਾ। ਤਾਂ ਦੇਖ ਸਕਦੇ ਹੋ ਕਿ ਸਾਰਿਆਂ ਤੋਂ ਪ੍ਰਸ਼ਨ ਪਹਿਲਾਂ ਆਪਣਾ ਹੈਗਾ ਸੁੰਦਰ ਲਿਖਾਈ ਦੇ ਜਿਹੜੇ 5 ਅੰਕ ਆਪਾਂ ਨੂੰ ਨਿਰਧਾਰਤ ਰੱਖੇ ਗਏ ਨੇ। ਨੰਬਰ 2 ਪ੍ਰਸ਼ਨ ਹੈਗਾ, ਸਾਰੇ ਪ੍ਰਸ਼ਨ ਲਾਜ਼ਮੀ ਹਨ। ਪਹਿਲਾ ਪ੍ਰਸ਼ਨ ਆਪਣਾ ਹੈਗਾ, ਵਿਸਾਖੀ ਦੇ ਮੇਲੇ ਵਾਲੇ ਦਿਨ ਕਿਹੜੀ ਫਸਲ ਪੱਕ ਜਾਂਦੀ ਹੈ? ਇਸ ਦਾ ਆਪਣਾ ਆਨਸਰ ਹੈਗਾ ਕਣਕ। ਨੰਬਰ 2 ਪ੍ਰਸ਼ਨ, ਵਗਦੇ ਪਾਣੀ ਕਵਿਤਾ ਕਿਸ ਦੀ ਰਚਨਾ ਹੈ? ਇਸ ਦਾ ਉੱਤਰ ਹੈਗਾ ਡਾਕਟਰ ਦੀਵਾਨ ਸਿੰਘ ਕਾਲੇਪਾਣੀ। ਨੰਬਰ 3 ਪ੍ਰਸ਼ਨ ਹੈਗਾ, ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ? ਇਸ ਦਾ ਉੱਤਰ ਹੈਗਾ ਪਰਛਾਵੇਂ। ਨੰਬਰ 4 ਪ੍ਰਸ਼ਨ ਹੈਗਾ, ਵੱਡੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਇਸ ਦਾ ਉੱਤਰ ਹੈਗਾ ਕਈ ਪ੍ਰਕਾਰ ਦੇ। 5ਵਾਂ ਪ੍ਰਸ਼ਨ ਹੈਗਾ, ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ? ਇਸ ਦਾ ਉੱਤਰ ਹੈਗਾ KG ਵਿੱਚ। ਪ੍ਰਸ਼ਨ ਨੰਬਰ 6 ਹੈਗਾ, ਬਸ਼ੀਰੇ ਦੀ ਕਿਹੜੀ ਗੱਲ ਮਸ਼ਹੂਰ ਸੀ? ਇਸ ਦਾ ਆਪਣਾ ਉੱਤਰ ਹੈਗਾ ਫੁੱਟਬਾਲ ਦੀ ਕਿੱਕ। ਉਸ ਤੋਂ ਅੱਗੇ ਪ੍ਰਸ਼ਨ ਹੈਗਾ, ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ ਸੀ? ਇਸ ਦਾ ਆਨਸਰ ਹੈਗਾ 10ਵੀਂ। ਉਸ ਤੋਂ ਅੱਗੇ ਪ੍ਰਸ਼ਨ, ਪਰਤ ਆਉਣ ਤੱਕ ਇਕਾਂਗੀ ਦੇ ਕਿੰਨੇ ਦ੍ਰਿਸ਼ ਹਨ? ਅਗਲਾ ਪ੍ਰਸ਼ਨ ਹੈਗਾ, ਬੰਤੇ ਦੇ ਮੁੰਡੇ ਦਾ ਕੀ ਨਾਂ ਸੀ? ਇਸ ਦਾ ਉੱਤਰ ਹੈਗਾ ਫੁੰਮਨ। ਅਤੇ ਲਾਸਟ ਹੈਗਾ, ਬੰਤਾ ਕਿਹੜੇ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ? ਇਸ ਦਾ ਉੱਤਰ ਹੈਗਾ ਅੰਮ੍ਰਿਤਸਰ ਵਿੱਚ। ਉਸ ਤੋਂ ਅੱਗੇ ਪ੍ਰਸ਼ਨ 3 ਹੈਗਾ, ਹੇਠ ਲਿਖੇ ਕਾਵਬੰਦਾਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਦੇਖ ਸਕਦੇ ਹੋ, ਪਹਿਲਾ ਹੈਗਾ ਆਪਣਾ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਤਾਂ ਇਸਦੀ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਹੈਗੀ ਹੈ, ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਆਪਣੇ ਵਰਤਮਾਨ ਸਮੇਂ ਨੂੰ ਨਾਮ ਸਿਮਰਨ ਅਤੇ ਚੰਗੇ ਹੋਰ ਚੰਗੇ ਕੰਮਾਂ ਵਿੱਚ ਲਾ ਕੇ ਸਫਲ ਕਰਨ ਲਈ ਕਿਹਾ ਹੈ। ਵਿਆਖਿਆ ਹੈਗੀ ਹੈ, ਭਾਈ ਸਾਹਿਬ ਲਿਖਦੇ ਹਨ ਕਿ ਹੇ ਮਨੁੱਖ, ਤੂੰ ਅਜੇ ਵੀ ਸੰਭਲ ਜਾ ਅਤੇ ਜੋ ਸਮਾਂ ਤੇਰੇ ਕੋਲ ਹੈ ਉਸ ਦੀ ਸੰਭਾਲ ਕਰ ਲੈ। ਵਰਤਮਾਨ ਸਮਾਂ ਜੋ ਅਜੇ ਤੇਰੇ ਹੱਥਾਂ ਵਿੱਚ ਹੈ, ਤੂੰ ਉਸ ਨੂੰ ਨਾਮ ਸਿਮਰਨ, ਸਤਸੰਗ ਅਤੇ ਚੰਗੇ ਕਰਮਾਂ ਵਿੱਚ ਲਾ ਕੇ ਸਫਲ ਕਰ ਲੈ। ਜੇ ਤੂੰ ਇੰਝ ਨਾ ਕੀਤਾ ਤਾਂ ਸਮੇਂ ਨੇ ਬਹੁਤ ਤੇਜ਼ ਚਾਲ ਚੱਲਦੇ ਹੋਏ ਤੇਰੇ ਹੱਥੋਂ ਨਿਕਲ ਜਾਣਾ ਹੈ, ਕਿਉਂਕਿ ਸਮੇਂ ਨੂੰ ਚੁੱਕਣ ਦੀ ਜਾਂਚ ਨਹੀਂ ਹੈ, ਰੁਕਣ ਦੀ ਜਾਂਚ ਨਹੀਂ ਹੈ। ਜੇਕਰ ਸਮਾਂ ਇੱਕ ਵਾਰ ਲੰਘ ਜਾਵੇ ਤਾਂ ਉਹ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਤੈਨੂੰ ਆਪਣਾ ਵਰਤਮਾਨ ਸਮਾਂ ਸਫਲ ਬਣਾਉਣ ਲਈ ਹਰ ਕਿਸੇ ਸਮੇਂ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਸ ਤੋਂ ਅੱਗੇ ਨੰਬਰ 2 ਹੈਗਾ, ਨਾਲ ਸਮੁੰਦਰ ਸਕਾਦਰੀ ਵਿਛੜੇ ਮਿਲੇ ਹਜ਼ਾਰਾਂ ਵਾਰੀ, ਖਾ ਗਰਮੀ ਅਸਮਾਨੇ ਚੜ੍ਹਿਆ, ਮੁੜ ਪਹਾੜ 'ਤੇ ਵਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਇਸਦਾ ਪ੍ਰਸੰਗ ਸਹਿਤ ਹੈਗੀ ਹੈ, ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਹੋਈ ਕਵਿਤਾ ਵਹਿੰਦਾ ਜਾਏ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਪਾਣੀ ਦਾ ਸਮੁੰਦਰ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਹੈ, ਜਿਸ ਦੇ ਨਾਲ ਕਈ ਵਾਰ ਮਿਲ ਚੁੱਕਿਆ ਹੈ ਅਤੇ ਕਈ ਵਾਰ ਵੱਖ ਹੋ ਚੁੱਕਿਆ ਹੈ। ਵਿਆਖਿਆ ਹੈਗੀ ਹੈ, ਕਈ ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੀ ਸਮੁੰਦਰ ਦੇ ਨਾਲ ਗੂੜੀ ਰਿਸ਼ਤੇਦਾਰੀ ਹੈ, ਉਹ ਆਪਣੇ ਇਸ ਰਿਸ਼ਤੇਦਾਰ ਸਮੁੰਦਰ ਦੇ ਪਾਣੀ ਨਾਲ ਕਈ ਵਾਰ ਮਿਲਿਆ ਹੈ ਅਤੇ ਕਈ ਵਾਰ ਉਸ ਨਾਲ ਉਹ ਵਿਛੜਿਆ ਹੈ। ਸਮੁੰਦਰ ਵਿੱਚ ਮਿਲਣ ਪਿੱਛੋਂ ਇਹ ਪਾਣੀ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਅਸਮਾਨ 'ਤੇ ਜਾ ਚੜ੍ਹਦਾ ਹੈ ਅਤੇ ਫਿਰ ਪਹਾੜਾਂ 'ਤੇ ਵਰਖਾ ਦੇ ਰੂਪ ਵਿੱਚ ਵਰਦਾ ਹੈ। ਉੱਥੋਂ ਫਿਰ ਨਦੀ ਦਾ ਪਾਣੀ ਹੇਠ ਸਮੁੰਦਰ ਵੱਲ ਵਗਣਾ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਅੱਗੇ ਹੈਗਾ ਪ੍ਰਸ਼ਨ ਨੰਬਰ 4 ਹੈਗਾ, ਕੋਈ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ, ਇੱਕ ਪਿਆਲਾ ਪਾਣੀ ਜਾਂ ਟੁਕੜੀ ਜੱਗ ਤੋਂ ਨਿਆਰੀ। ਇੱਕ ਪਿਆਲਾ ਪਾਣੀ ਕਵਿਤਾ ਦਾ ਕੇਂਦਰੀ ਭਾਵ ਹੈਗਾ, ਜੇਕਰ ਸੰਕਟ ਸਥਿਤੀ ਵਿੱਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸਮੁੱਚਾ ਰਾਜ ਹੈ ਹੋ ਸਕਦੀ ਹੈ, ਤਾਂ ਬੰਦਾ ਉਸ ਪਰਮਾਤਮਾ ਦੁਆਰਾ ਪ੍ਰਾਪਤ ਬਖਸ਼ਿਸ਼ ਦਾ ਮੁੱਲ ਪਾਉਣ ਦੇ ਸਮਰੱਥ ਨਹੀਂ ਹੈ, ਜਿਹੜਾ ਕਿ ਉਸਨੂੰ ਅਣ ਮਿਲਿਆ ਅਤੇ ਅਣ ਤੋਲਿਆ ਪਾਣੀ ਮੁਫ਼ਤ ਵਿੱਚ ਦੇ ਰਿਹਾ ਹੈ। ਉਸ ਤੋਂ ਅੱਗੇ ਪ੍ਰਸ਼ਨ 5 ਹੈਗਾ, ਕੋਈ ਇੱਕ ਲੇਖ ਦਾ ਸਾਰ 150 ਸ਼ਬਦਾਂ ਵਿੱਚ ਲਿਖੋ, ਵੱਡਿਆਂ ਦਾ ਆਦਰ ਜਾਂ ਗਲੀ ਵਿੱਚ। ਉਸ ਤੋਂ ਅੱਗੇ ਪ੍ਰਸ਼ਨ 6 ਹੈਗਾ, ਹੇਠ ਲਿਖਿਆਂ ਵਿੱਚ ਪ੍ਰਸ਼ਨਾਂ ਵਿੱਚੋਂ ਕੋਈ 2 ਪ੍ਰਸ਼ਨ ਕਰੋ। ਤਾਂ ਦੇਖ ਸਕਦੇ ਹੋ ਆਪਾਂ ਨੂੰ 4 ਪ੍ਰਸ਼ਨ ਦਿੱਤੇ ਗਏ ਨੇਗੇ। ਪਹਿਲਾ ਪ੍ਰਸ਼ਨ ਹੈਗਾ, ਸੁਲਤਾਨਪੁਰ ਵਿੱਚ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿਤਕਰਮ ਕੀ ਸੀ? ਇਸ ਦਾ ਆਪਣਾ ਉੱਤਰ ਹੈਗਾ, ਸੁਲਤਾਨਪੁਰ ਰਹਿੰਦਿਆਂ ਗੁਰੂ ਜੀ ਨੂੰ ਹਰ ਰੋਜ਼ ਸੰਗਤ ਨਾਲ ਲੰਗਰ ਪ੍ਰਸ਼ਾਦਾ ਛਕਦੇ ਸਨ, ਰਾਤ ਨੂੰ ਸਭ ਦੇ ਨਾਲ ਮਿਲ ਕੇ ਕੀਰਤਨ ਕਰਦੇ ਸਨ, ਇੱਕ ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ, ਜਦੋਂ ਸਵੇਰ ਹੁੰਦੀ ਤਾਂ ਉਹ ਕੱਪੜੇ ਪਾ ਕੇ ਤਿਲਕ ਲਗਾ ਕੇ ਦਫ਼ਤਰ ਵਿੱਚ ਮੋਦੀਖਾਨੇ ਦਾ ਹਿਸਾਬ ਲਿਖਣ ਬੈਠ ਜਾਂਦੇ ਸਨ। ਪ੍ਰਸ਼ਨ 2 ਹੈਗਾ, ਮਨ ਚੰਗਾ ਅਤੇ ਕਟੌਤੀ ਵਿੱਚ ਗੰਗਾ, ਇਸ ਅਖਾਣ ਦਾ ਕੀ ਭਾਵ ਹੈ?
ਉੱਤਰ ਹੈਗਾ, ਇਸ ਅਖਾਣ ਦਾ ਭਾਵ ਹੈ ਕਿ ਜਦੋਂ ਬੰਦੇ ਦਾ ਮਨ ਚੰਗਾ ਹੋਵੇ ਤਾਂ ਸਾਰੇ ਤੀਰਥਾਂ ਅਤੇ ਧਾਰਮਿਕ ਅਸਥਾਨਾਂ 'ਤੇ ਜਾਣ ਦਾ ਜਸ ਅਤੇ ਭਾਗ ਘਰ ਵਿੱਚ ਬੈਠਿਆਂ ਹੀ ਪ੍ਰਾਪਤ ਹੋ ਜਾਂਦਾ ਹੈ, ਫਿਰ ਤੀਰਥਾਂ ਉੱਤੇ ਜਾਣ ਦੀ ਲੋੜ ਨਹੀਂ ਰਹਿੰਦੀ। ਪ੍ਰਸ਼ਨ ਤੀਜਾ ਹੈਗਾ, ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ? ਉੱਤਰ ਹੈਗਾ, ਜਦੋਂ ਕੋਈ ਆਪਣੇ ਤੋਂ ਵੱਡਾ ਚਾਹ ਵਿੱਚ ਮਿਲੇ ਤਾਂ ਸਾਨੂੰ ਖੜ੍ਹੇ ਹੋ ਕੇ ਸਿਰ ਝੁਕਾ ਕੇ ਅਤੇ ਹੱਥ ਜੋੜ ਕੇ ਪੈਰੀ ਪੈਣਾ ਜਾਂ ਮੱਥਾ ਟੇਕਣਾ ਚਾਹੀਦਾ ਹੈ। ਉਸਦੇ ਅੱਗੋਂ ਨਹੀਂ ਲੰਘਣਾ ਚਾਹੀਦਾ, ਸਗੋਂ ਉਸਦੇ ਮਗਰ ਮਗਰ ਤੁਰਨਾ ਚਾਹੀਦਾ ਹੈ। ਜੇਕਰ ਉਸ ਤੋਂ ਅੱਗੇ ਲੰਘਣਾ ਹੋਵੇ ਤਾਂ ਆਗਿਆ ਲੈਣੀ ਚਾਹੀਦੀ ਹੈ। ਵੱਡਿਆਂ ਦੇ ਸਾਹਮਣੇ ਸਾਨੂੰ ਖਿੜਖਿੜਾ ਕੇ ਨਹੀਂ ਦੱਸਣਾ ਚਾਹੀਦਾ ਅਤੇ ਨਿਰਲੱਜਤਾ ਭਰੀ ਕਠੋਰ ਬੋਲੀ ਨਹੀਂ ਬੋਲਣੀ ਚਾਹੀਦੀ। ਉਸ ਤੋਂ ਅੱਗੇ ਹੈਗਾ ਪ੍ਰਸ਼ਨ ਨੌਵਾਂ, ਸੱਤਵਾਂ ਪ੍ਰਸ਼ਨ ਹੈਗਾ, ਕਿਸੇ ਇੱਕ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ, ਬਸ਼ੀਰਾ ਜਾਂ ਜਨਮਦਿਨ। ਜਨਮਦਿਨ ਕਹਾਣੀ ਹੈਗੀ ਹੈ, ਜਦੋਂ ਜੁਗਲ ਪ੍ਰਸ਼ਾਦ ਦੀ 5 ਰੁਪਏ ਤਨਖਾਹ ਵਧੀ ਤਾਂ ਉਹ ਆਪਣੀ ਪਤਨੀ ਦੇ ਵਿਰੋਧ ਦੇ ਬਾਵਜੂਦ 40 ਰੁਪਏ ਉਧਾਰ ਮੰਗ ਤੰਗ ਕੇ ਆਪਣੇ ਪੁੱਤਰ ਜੋਤੀ ਨੂੰ ਮੁੱਢ ਤੋਂ ਅੰਗਰੇਜ਼ੀ ਪੜ੍ਹਾਉਣ ਅਤੇ ਨਵੀਆਂ ਵਿੱਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਸਕੂਲਾਂ ਵਿੱਚ ਦਾਖਲਾ ਕਰਵਾ ਕੇ ਖੁਸ਼ ਸੀ। ਮਹੀਨੇ ਬਾਅਦ ਇਮਤਿਹਾਨ 'ਤੇ ਉਸ ਨੂੰ ਪਤਾ ਲੱਗਾ ਕਿ ਜੋਤੀ ਸੋਹਣਾ ਹੋਣ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਸਾਰੇ ਜਮਾਤੀਆਂ ਤੋਂ ਅੱਗੇ ਸੀ। ਇਸ ਸੰਬੰਧੀ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਦਿੱਤੀ, ਜਿਸ ਕਰਕੇ ਜੁਗਲ ਪ੍ਰਸ਼ਾਦ ਅਤੇ ਉਸ ਦੀ ਪਤਨੀ ਬਹੁਤ ਖੁਸ਼ ਸਨ। ਇੱਕ ਦਿਨ ਜੁਗਲ ਪ੍ਰਸ਼ਾਦ ਨੂੰ ਪ੍ਰਿੰਸੀਪਲ ਦੀ ਚਿੱਠੀ ਤੋਂ ਪਤਾ ਲੱਗਾ ਕਿ ਸ਼ਹਿਰ ਦੀ ਨਾਗਰਿਕ ਸਭਾ ਵੱਲੋਂ ਐਤਵਾਰ ਨੂੰ ਮਨਾਏ ਜਾ ਰਹੇ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ਼੍ਰੀ ਜਵਾਲਾ ਪ੍ਰਸ਼ਾਦ ਦੇ ਜਨਮਦਿਨ ਦੇ ਮੌਕੇ ਉੱਤੇ ਮੰਤਰੀ ਜੀ ਸ਼ਹਿਰ ਦੇ 94 ਸਕੂਲਾਂ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਇਸ ਕੰਮ ਲਈ ਜੋਤੀ ਨੂੰ ਚੁਣਿਆ ਗਿਆ ਹੈ, ਜੋ ਮੰਤਰੀ ਜੀ ਦੀ ਗੱਲ ਹਾਰ ਪਾਵੇਗਾ। ਇਸ ਗੱਲ ਦੀ ਜੁਗਲ ਪ੍ਰਸ਼ਾਦ ਅਤੇ ਉਸ ਦੀ ਪਤਨੀ ਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ, ਪਰ ਘਰ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਪੈਸਿਆਂ ਦੀ ਤੰਗੀ ਕਾਰਨ ਉਹਨਾਂ ਨੇ ਜੋਤੀ ਦੀ ਬੁੰਗਣੀ ਵਿੱਚ 7 ਆਨੇ ਕੱਢ ਕੇ ਅਤੇ ਇੱਕ ਮਿੱਤਰ ਤੋਂ ਮੁਸ਼ਕਿਲ ਨਾਲ 3 ਰੁਪਏ ਉਧਾਰ ਲੈ ਕੇ ਜੋਤੀ ਲਈ ਬੂਟ, ਚਿੱਟੇ ਰੰਗ ਦੀਆਂ ਜੁਰਾਬਾਂ, ਨਿੱਕਰ ਅਤੇ ਕਮੀਜ਼ ਦਾ ਪ੍ਰਬੰਧ ਕੀਤਾ। ਸਮਾਗਮ ਵਾਲੇ ਦਿਨ 'ਤੇ ਜੋਤੀ ਨੂੰ ਭੇਜ ਕੇ ਸਾਰਾ ਟੱਬਰ ਤਰਕਾਲਾਂ ਨੂੰ ਉਸਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਉਹ ਆਵੇ ਅਤੇ ਉਹਨਾਂ ਨੂੰ ਸਾਰੇ ਰੌਣਕ ਮੇਲੇ ਵਿੱਚ ਮਿਲੇ ਮਾਣ ਸਨਮਾਨ ਦਾ ਹਾਲ ਸੁਣਾਵੇ, ਪਰ ਕੁਝ ਦੇਰ ਮਗਰੋਂ ਪ੍ਰਿੰਸੀਪਲ ਡਸਕੋਰੇ ਲੈ ਰਹੇ ਜੋਤੀ ਨੂੰ ਨਾਲ ਲੈ ਕੇ ਪੁੱਜੀ। ਉਸਨੇ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਜੋਤੀ ਨੂੰ ਮੰਤਰੀ ਜੀ ਨੂੰ ਹਾਰ ਪਾਉਣ ਦਾ ਮਾਣ ਨਹੀਂ ਮਿਲ ਸਕਿਆ, ਕਿਉਂਕਿ ਸੋਹਣ ਲਖਪਤ ਰਾਏ ਨੇ ਉਹਨਾਂ ਦੇ ਚੇਅਰਮੈਨ ਤੋਂ ਅਖਵਾ ਕੇ ਇਸ ਕੰਮ ਲਈ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿਆ ਸੀ। ਇਹ ਸੁਣ ਕੇ ਜੁਗਲ ਪ੍ਰਸ਼ਾਦ ਦੀਆਂ ਸਦਰਾਂ ਅਤੇ ਉਮੰਗਾਂ ਨੂੰ ਵੱਡਾ ਝਟਕਾ ਲੱਗਾ ਅਤੇ ਉਹ ਗੁੱਸੇ ਨਾਲ ਆਪੇ ਤੋਂ ਬਾਹਰ ਹੋਇਆ ਕਹਿਣ ਲੱਗਾ ਕਿ ਅੱਜ ਮੰਤਰੀ ਦਾ ਜਨਮਦਿਨ ਨਹੀਂ, ਸਗੋਂ ਉਸ ਦੇ ਅੰਦਰ ਪੈਦਾ ਹੋਈ ਉਸ ਦਲੇਰੀ ਹਿੰਮਤ ਅਤੇ ਜ਼ੁਰਤ ਦਾ ਜਨਮਦਿਨ ਹੈ, ਜੋ ਹੁਣ ਅਮੀਰਾਂ ਨੂੰ, ਗਰੀਬਾਂ ਦੀਆਂ ਸਦਰਾਂ ਅਤੇ ਉਮੰਗਾਂ ਨੂੰ ਪੈਰਾਂ ਹੇਠ ਲਿਤਾੜਨ ਨਹੀਂ ਦੇਵੇਗੀ। ਉਸ ਤੋਂ ਅੱਗੇ ਦੇਖ ਸਕਦੇ ਹੋ ਪ੍ਰਸ਼ਨ 8 ਹੈਗਾ, ਹੇਠ ਲਿਖਿਆਂ ਵਿੱਚੋਂ ਕੋਈ 2 ਪ੍ਰਸ਼ਨ ਕਰੋ। ਪ੍ਰਸ਼ਨ 1 ਹੈਗਾ, ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਨੰਬਰ 2, ਕੱਲੋ ਨੇ ਲੇਖਕ ਨੂੰ ਕਿਹੜੀ ਸੁਗਾਤ ਭੇਟ ਕੀਤੀ ਅਤੇ ਕਿਉਂ? ਨੰਬਰ 3, ਤਰਕਾਲਾਂ ਨੂੰ ਸਾਰਾ ਟੱਬਰ ਕਿਸ ਗੱਲ ਦੀ ਉਡੀਕ ਕਰ ਰਿਹਾ ਸੀ? ਨੰਬਰ 4, ਫੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਸੀ? ਪ੍ਰਸ਼ਨ 9 ਹੈਗਾ, ਕਿਸੇ ਇੱਕ ਪਾਤਰ ਚਿੱਤਰਨ ਨੂੰ ਲਗਭਗ 150 ਸ਼ਬਦਾਂ ਵਿੱਚ ਲਿਖੋ। ਨੰਬਰ 1 ਹੈਗਾ ਕਿਸ਼ਨ ਦੇਈ ਅਤੇ ਨੰਬਰ 2 ਬਜ਼ੁਰਗ। ਪ੍ਰਸ਼ਨ 10 ਹੈਗਾ, ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਉੱਤਰ ਦਿਓ। ਤਾਂ ਇਹ ਵਾਰਤਾਲਾਪ ਦਿੱਤੇ ਗਏ ਨੇ, ਇਸਦੇ ਵਿੱਚੋਂ ਆਪਾਂ ਨੀਚੇ ਦਿੱਤੇ 3 ਪ੍ਰਸ਼ਨਾਂ ਦੇ ਉੱਤਰ ਜਿਹੜੇ ਦੇਣੇ ਨੇ। ਉਸ ਤੋਂ ਅੱਗੇ ਪ੍ਰਸ਼ਨ 11, ਕੋਈ 3 ਪ੍ਰਸ਼ਨ ਕਰੋ। ਪਹਿਲਾ ਹੈਗਾ, ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ? ਉੱਤਰ ਹੈਗਾ, ਬੰਤੇ ਦੇ ਪਿਓ ਸਿਰ ਕਰਜ਼ਾ ਸੀ ਜਿਸ ਨੂੰ ਉਹ ਉਤਾਰ ਨਾ ਸਕਿਆ ਅਤੇ ਇਸ ਫਿਕਰ ਵਿੱਚ 2 ਸਾਲ ਘੁਲਦਾ ਰਿਹਾ ਅਤੇ ਅੰਤ ਉਸ ਦੀ ਮੌਤ ਹੋ ਗਈ। ਨੰਬਰ 2 ਪ੍ਰਸ਼ਨ, ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ? ਉੱਤਰ ਹੈ, ਬੰਤੇ ਤੋਂ ਸਾਫ ਘਰ ਦੇ ਨਿੱਕੇ ਮੋਟੇ ਕੰਮ ਵੀ ਕਰਵਾਉਂਦਾ ਸੀ। ਇੱਕ ਦਿਨ ਸਾਹਿਬ ਦੀ ਪਤਨੀ ਨੇ ਬੰਤੇ ਨੂੰ ਕੱਪੜੇ ਧੋਣ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸ ਗੱਲ ਕਰਕੇ ਸਾਹਿਬ ਉਸ ਉੱਤੇ ਬਹੁਤ ਕੜਕਿਆ। ਇਹ ਸਭ ਅਣਖੀ ਬੰਤੇ ਨੇ ਸਹਿਣ ਨਾ ਕੀਤਾ ਅਤੇ ਚਪੜਾਸੀ ਦੀ ਨੌਕਰੀ ਵੀ ਛੱਡ ਦਿੱਤੀ। ਨੰਬਰ 3 ਪ੍ਰਸ਼ਨ, ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ? ਉੱਤਰ ਹੈਗਾ, ਤਾਨਪੁਰੇ ਵਾਲੀ ਕੁੜੀ ਜਲੰਧਰ ਰੇਡੀਓ ਸਟੇਸ਼ਨ ਉੱਤੇ ਨਵੇਂ ਸਾਲ ਦੇ ਸੰਬੰਧ ਵਿੱਚ ਪ੍ਰੋਗਰਾਮ ਪੇਸ਼ ਕਰਨ ਲਈ ਗਈ ਸੀ। ਅੱਗੇ ਪ੍ਰਸ਼ਨ ਹੈਗਾ, ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਬੰਤੇ ਦੇ ਕੀ ਵਿਚਾਰ ਸਨ? ਉੱਤਰ ਹੈ, ਜਲਿਆਂਵਾਲੇ ਬਾਗ ਵੱਲ ਜਾਂਦਿਆਂ ਬੰਤੇ ਦੇ ਮਨ ਵਿੱਚ ਵਿਚਾਰ ਆਉਂਦੇ ਹਨ ਕਿ ਅੱਜ ਤੋਂ 50 ਸਾਲ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਸਾਰੇ ਦੇਸ਼ ਭਗਤ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤੇ ਸਨ। ਉਸ ਨੂੰ ਬਾਗ ਵਿਚਲੇ ਖੂਹ ਵਿੱਚ ਡਿੱਗ ਕੇ ਸ਼ਹੀਦ ਹੋਣ ਵਾਲਿਆਂ ਦੀਆਂ ਅਤੇ ਕੰਧਾਂ 'ਤੇ ਲੱਗੇ ਗੋਲੀਆਂ ਦੇ ਨਿਸ਼ਾਨ ਦੀ ਯਾਦ ਵੀ ਆਉਂਦੀ ਹੈ।
ਅਗਲਾ ਪ੍ਰਸ਼ਨ ਹੈਗਾ, ਬੰਤੇ ਦਾ ਸਵੇਰੇ 6 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਅਤੇ ਕਿਉਂ? ਉੱਤਰ ਹੈ, ਬੰਤੇ ਦਾ ਸਵੇਰੇ ਉਸ ਸਮੇਂ ਰਿਕਸ਼ਾ ਲੈ ਕੇ ਸਟੇਸ਼ਨ 'ਤੇ ਪਹੁੰਚਣ ਦਾ ਪ੍ਰੋਗਰਾਮ ਸੀ ਕਿਉਂਕਿ ਅੱਜ ਵੀ ਉਸਨੇ ਹਰ ਰੋਜ਼ ਵਾਂਗ ਉੱਥੇ ਪਹੁੰਚ ਕੇ ਕਾਲਕਾ ਮੇਲ ਦੀਆਂ ਸਵਾਰੀਆਂ ਵਿੱਚੋਂ ਕੁਝ ਸਵਾਰੀਆਂ ਲੈਣੀਆਂ ਹੁੰਦੀਆਂ ਸਨ। ਉਸ ਤੋਂ ਅੱਗੇ ਪ੍ਰਸ਼ਨ 12ਵਾਂ ਹੈਗਾ, ਹੇਠ ਲਿਖਿਆਂ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸੱਤ ਵਿਆਖਿਆ ਕਰੋ। ਨੰਬਰ 1 ਹੈਗਾ, ਇਹਨਾਂ ਛੂਛੜੀਆਂ ਨਾਲ ਸਾਡਾ ਕੀ ਬਣਨਾ ਹੈ, ਪਿੰਡ ਚੱਲ ਕੇ ਪੀਆਂਗੇ ਬਾਟੇ ਵਿੱਚ। ਨੰਬਰ 2 'ਤੇ, ਆਪਾਂ ਵੀ ਆਪਣਿਆਂ ਦੋਹਾਂ ਕਾਕਿਆਂ ਨੂੰ ਉਨਾ ਹੀ ਪੜ੍ਹਾਉਣਾ ਜਿੰਨਾ ਕਿ ਫੁੰਮਣ ਨੂੰ। ਤਾਂ ਦੋਸਤੋ ਧੰਨਵਾਦ, ਅੱਜ ਵੀਡੀਓ 'ਚ ਇੰਨਾ ਹੀ, ਮਿਲਦਾ ਕਿਸੇ ਹੋਰ ਵੀਡੀਓ ਵਿੱਚ।